ਤਾਂ ਲੱਗਦੇ ਆ ਜਾ ਜਾ ਉਹ ਵੱਡੇ ਵੀਰ ਇਹੋ ਜਿਹਾ ਫਿਰ ਜਾਣ ਲੱਗਿਆ ਇਕੱਲਾ ਨਹੀਂ ਜਾਂਦਾ ਨਾਲ ਬਹੁਤ ਕੁਛ ਲੈ ਜਾਂਦਾ ਤੇ ਮੇਰੇ ਪੱਲੇ ਵਾਲਾ ਹੈ ਹੀ ਨਹੀਂ ਤੈਨੂੰ ਕਦੇ ਤਾਂ ਪਹਿਨਣ ਮਖਮਲ ਸਰੀਆਂ ਕਦੇ ਤਾਂ ਪਹਿਨਣ ਮਖਮਲ ਸਰੀਆਂ ਕਦੇ ਤਾਂ ਪਹਿਨਣ ਮਖਮਲ ਸਰੀਆਂ ਮੈਨੂੰ ਤਾਂ ਇੱਕ ਮਹਿਮਾਨ ਚਾਹੀਦਾ
ਔਰ ਜਿਨ੍ਹਾਂ ਦੇ ਘਰੇ ਫਿਰ ਰੱਬ ਧੀਆਂ ਭੇਜਦਾ ਨਾ ਬਖਸ਼ਦਾ ਹੈ, ਉਹ ਕਈ ਫਿਰ ਪੁੱਤਾਂ ਵਾਂਗੂ ਉਵੇਂ ਕਹਿੰਦੇ ਫਿਰ ਲੋਹੜੀਆਂ ਬਣਾਉਂਦੇ ਉਹਨਾਂ ਦੀਆਂ। ਹੈ ਉਹ ਬੈਠੀਆਂ ਵਰਦੀ ਪਾਈ ਸਾਡੀਆਂ ਭੈਣਾਂ, ਤੇ ਵੀ ਧੀਆਂ ਨੇ ਸਾਡੀਆਂ। ਇਹ ਤਾਂ ਮਿੱਠੇ ਮਿੱਠੇ ਇਸ਼ਾਰੇ ਆ, ਮੇਰੇ ਅਰਗੇ ਮੂਰਖ ਦੀ ਪਰਤ ਲਾਓ ਨੂੰਹਾਂ ਵੇਖੀ ਐਵੇਂ ਨਾ ਮੁੰਡੇ ਮੁੰਡੇ ਕਰੀ ਜਾਈ, ਇਹ ਘੱਟ ਨਹੀਂ ਹੈ ਕਿਸੇ ਤੋਂ। ਤਾਂ ਇਹਨਾਂ ਧੀਆਂ ਬਾਰੇ ਉਹ ਤੁਸੀਂ ਕਿਹਨੂੰ ਮੱਥਾ ਟੇਕ ਜਾਂਦੇ ਹੋ ਭਲਕੋ? ਕੋਈ ਨੀ ਬਾਬਾ ਕੋਈ ਨੀ। ਕਰਮਾਂ ਵਾਲੇ ਮੰਨਦੇ ਨੇ ਬਾਬਾ ਧੀਆਂ ਦੀ ਲੋਹੜੀ ਵੇ, ਕਰਮਾਂ ਵਾਲੇ ਮੰਨਦੇ ਨੇ ਬਾਬਾ ਧੀਆਂ ਦੀ ਲੋਹੜੀ ਵੇ, ਕਰਮਾਂ ਵਾਲੇ ਮੰਨਦੇ ਨੇ ਬਾਬਾ ਧੀਆਂ ਦੀ ਲੋਹੜੀ। ਸਪਨਾ ਦੇ ਵੇੜੇ ਬਖਸ਼ੀ, ਸਪਨਾ ਦੇ ਵੇੜੇ ਬਖਸ਼ੀ, ਤਾਂ ਜਿੱਤੀ ਨੀ ਹੈ। ਆ ਜਾ ਉਰੇ, ਆ ਜਾ ਆ ਜਾ ਬਾਬਾ, ਆ ਜਾ ਆ ਜਾ ਯਾਰ ਆ ਜਾ। ਇਹ ਤਾਂ ਭਾਈ ਮੇਰਾ ਜਮਾਤੀ ਹੈ, ਜਮਾਤੀ ਕਹਿ ਲਓ, ਅਸੀਂ ਯੂਨੀਵਰਸਿਟੀ ਇਕੱਠੇ ਪੜ੍ਹੇ ਹੈ, ਠੀਕ ਹੈ, ਕਲਾਸਾਂ ਵਾਲੀ ਪੜ੍ਹਾਈ 'ਚ ਮੈਂ ਤੋਂ ਦੋ ਚਾਰ ਸਾਲ। ਉਹ ਸਾਹਮਣੇ ਸਰਦਾਰ ਸਾਹਿਬ ਸਾਰਾ ਟੋਲਾ ਹੀ ਆਉਂਦਾ, ਬਟ ਤੁਸੀਂ ਵੀ ਆ ਜਾਓ ਮਾਲਕੋ, ਆ ਜਾਓ ਬਾਬਾ। ਇਸ ਅਸੀਂ ਸਾਰੇ ਭਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਉੱਥੋਂ ਦਾ ਟੱਬਰ ਕਹਿ ਲਓ, ਗਵੰਤਰੀ ਸਾਚੀ ਸਾਰੇ ਆਏ ਹੋਏ ਹੈ, ਔਰ ਇਹ ਸਾਰੇ ਮਿਊਜ਼ਿਕ ਵਾਲੇ ਨੇ। ਇਹ ਵੀ ਕਦੇ ਕਦੇ ਸੋਚਦੇ ਹੋਣਗੇ ਵੀ ਯਾਰ ਇਹਨੂੰ ਆਉਂਦਾ ਤਾਂ ਹੈ ਨਹੀਂ ਕੁਛ, ਇਹਦਾ ਕੰਮ ਜਿਹਾ ਕਿਵੇਂ ਚੱਲ ਗਿਆ, ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਮੈਂ ਯੂਨੀਵਰਸਿਟੀ ਦਾ ਸਭ ਤੋਂ ਨਲਾਇਕ ਜਵਾਕ ਸੀ, ਨਾ ਕਦੇ ਕਲਾਸ ਲਾਈ ਹੈ। ਅਤੇ ਵੈਸੇ ਵੀ ਜਿਹੜਾ ਬੰਦਾ ਯੂਨੀਵਰਸਿਟੀ 4 ਸਾਲ ਰਹਿ ਕੇ 20-25 ਪੀਜੀਆਂ 'ਚ ਰਹਿ ਜੇ, ਹਿਸਾਬ ਲਾਲੋ ਦਾ ਰਿਕਾਰਡ ਸਹੀ ਨਹੀਂ ਹੈ। ਜਾਂ ਤਾਂ ਉਹਨੂੰ ਮਹੀਨੇ ਕੁ ਬਾਅਦ ਕੱਢ ਦਿੰਦੇ ਹੈ, ਅਤੇ ਜਾਂ ਉਹ ਬੰਦਾ ਇੰਨਾ ਖਰਾਬ ਆ ਵੀ ਇੱਕ ਥਾਂ 'ਤੇ ਰਹਿ ਕੇ ਰਾਜੀ ਜੀ ਹੈ। ਤਾਂ ਸਭ ਇਹ ਉਸੇ ਦੀ ਖੇਡ ਹੈ, ਇਹਨਾਂ ਭਰਾਵਾਂ ਦਾ ਪਿਆਰ ਹੈ। ਤਾਂ ਬਸ ਇਹੀ ਹੈ ਕਿ ਅੱਖ ਕਦੇ ਵੀ ਇਹਨਾਂ ਨੂੰ ਪਛਾਣਨ 'ਚ ਮਾਰ ਨਾ ਖਾਵੇ ਬਸ, ਕਿਉਂਕਿ ਜਿਹੜੇ ਨਾਲ ਦੇ ਹੁੰਦੇ ਆ ਉਹ ਨਾਲ ਦੇ ਹੀ ਹੁੰਦੇ ਆ। ਬਹੁਤ ਸੋਹਣਾ ਗਵਾਈਆ ਹੈ ਜੀਤੀ ਵੀਰ ਸਾਡਾ, ਬਹੁਤ ਸੋਹਣਾ ਅੱਜ ਗਾਈ ਚੰਗਾ ਰਾਜੀ। ਜਦੋਂ ਚਰਚਾ ਕੀਤਾ ਜੀ ਮੈਂ 20 ਮਿੰਟ ਗਰਮ ਹੋ ਜਾਂ ਚੰਗਾ। ਸਾਹਮਣੇ
ਪਰ ਜਦ ਅੰਦਰ 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 ਹੀ ਬਣ ਜੇ ਯਾਰ ਤੇ ਨੱਚਣਾ ਪੈਂਦਾ ਏ।